ਸੱਚਗਲ ਪੰਜਾਬ ਸਟਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਪ੍ਰੋਗਰਾਮ ਸਪੈਸ਼ਲ ਰਿਪੋਰਟ ਸਪੈਸ਼ਲ ਰਿਪੋਰਟ ਦੇ ਵਿੱਚ ਅੱਜਗਲ ਬਾਤ ਕਰਾਂਗੀ ਅਕਾਲੀ ਦਲ ਤੇ ਬਹੁਜਨ ਸਵਾਜ ਪਾਰਟੀ ਯਾਨਕੀ ਬਸਪਾਤੇ ਘਟ ਚੁਟਦੇ ਪਾਰੇ ਪਹਿਲਾਂ ਜਦੋਂ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਠ ਛੋੜ ਹੁੰਦਾ ਸੀ ਤਾਂ ਇਸ ਨੂੰ ਪਤੀ-ਪਤਨੀ ਦੇਵਾਲ ਰਿਸ਼ਤਾ ਕਿਹਾ ਜਾਂਦਾ ਸੀ ਖੇਤੀ ਕਾਨੂੰਨਾਂ ਨੇ ਇਸ ਰਿਸ਼ਤੇ 'ਚ ਦਰਾਰ ਪਾਈ ਤੇ ਜਿਸ ਤਰ੍ਹਾਂ ਪਤੀ-ਪਤਨੀ ਦਾ ਤਲਾਕ ਹੁੰਦਾ ਉਸੇ ਤਰ੍ਹਾਂ ਇਹ ਰਿਸ਼ਤਾ ਵੀ ਤੜਾਕਰ ਕੇ ਟੁੱਟ ਗਿਆ ਜਿਸ ਤੋਂ ਬਾਅਦ 25 ਸਾਲ ਬਾਅਦ ਦੁਬਾਰਾ ਫਿਰ ਤੋਂ ਅਕਾਲੀ ਦਲ ਨੇ ਜਿਹੜਾ ਬਸਪਾ ਦੇ ਨਾਲ ਗੱਠ ਛੋੜ ਕੀਤਾ ਔਰ ਸੀਟਾਂ ਜਿਹੜੀਆਂ 20 ਸੀਟਾਂ ਨੇ ਵਿਧਾਨ ਸਭਾ ਦੀਆਂ ਉਸ ਦੇ ਉੱਤੇ ਬਸਪਾ ਦੇ ਵੱਲੋਂ ਚੋਣ ਲੜੀ ਜਾਏਗੀ ਔਰ ਜਿਹੜੀਆਂ 97 ਸੀਟਾਂ ਨੇ ਉਸ ਦੇ ਉੱਤੇ ਅਕਾਲੀ ਦਲ ਜਿਹੜਾ ਹੈ ਚੋਣ ਲੜੇਗਾ ਪਰ ਇਹ ਸਭ ਦੇ ਵਿਚਾਲੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੀਟਾਂ ਨੂੰ ਲੈ ਕੇ ਮਤਭੇਦ ਜਿਹੜੇ ਨੇ बसपा ਤੇ ਅਕਾਲੀ ਦਲ ਦੇ ਵਿੱਚ ਹੋ ਰਹੇ ਨੇ बसपा ਦੇ ਲੀਡਰ ਤਿੰਨ ਹੋਰ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੀ ਮੰਗ ਕਰ ਰਹੇ ਨੇ ਕਿਹੜੇ-ਕਿਹੜੇ ਹਲਕੇ ਨੇ ਇਸ ਦੇ ਬਾਰੇ ਵਿਸਥਾਰ ਪੂਰਵਕ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਜੀ ਪਰ ਸਰ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਕਮਲ ਜੀ ਸਰ बसपा ਦੇ ਨਾਲ ਅਕਾਲੀ ਦਲ ਦਾ ਜਿਹੜਾ ਗੱਠ ਜੋੜਾ ਹੋਇਆ ਹੈ ਔਰ ਬੜਾ ਖੂਬ ਕੀ ਜਿਹੜੇ ਸੁਪੀਰ ਪਾਦਰ ਨੇ ਜਦੋਂ ਅਨਾਉਂਸਮੈਂਟ ਕੀਤੀ ਘਟ ਚੋੜ ਦੀ ਤੇ ਕਿਹਾ ਕਿ ਸੀਟਾਂ ਨੂੰ ਲੈ ਕੇ ਵੀ ਸਾਡਾ ਜਿਹੜਾ ਸਮਝੌਤਾ ਹੋ ਚੁੱਕਾ ਹੈ ਵੀ ਸੀਟਾਂ ਦੇ ਬਸਪਾ ਤੇ 97 ਸੀਟਾਂ ਤੇ ਅਕਾਲੀ ਦਲ ਪਰ ਹੁਣ ਤਿੰਨ ਸੀਟਾਂ ਨੇ ਵਿਧਾਨ ਸਭਾ ਦੀਆਂ ਜਿਸ ਨੂੰ ਲੈ ਕੇ ਜਿਹੜੇ ਮਤਭੇਦ ਨੇ ਉਹ ਹੋ ਰਹੇ ਨੇ ਬਸਪਾ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੰਗਾ ਸਮੇਤ ਦੋ ਹੋਰ ਆਦਮਪੁਰ ਤੇ ਇੱਕ ਹੋਰ ਸੀਟ ਹੈ ਜਿਹੜੀ ਉਸ ਦੇ ਉੱਤੇ ਇਹ ਵੀ ਜਿਹੜੀ ਆ ਉਹ ਵੀ ਬਸਪਾ ਦੇ ਹਿੱਸੇ ਜਿਹੜੀ ਆ ਅਕਾਲੀ ਦਲ ਵੱਲੋਂ ਦਿੱਤੀ ਜਾਵੇ ਕਮਲ ਜੀ ਦੇਖੋ ਜਿਹੜਾ ਜਦੋਂ ਲੋਕ ਸਭਾ ਚੋਣਾਂ ਹੋਈਆਂ 2019 ਦੀਆਂ ਹਨ ਉਹ ਤੋਂ ਬਾਅਦ ਹੀ ਇਹਨਾਂ ਦੇ ਵਿੱਚ ਅਕਾਲੀ ਆਗੂਆਂ ਦੇ ਵਿਚਾਰ ਤੇ ਜਿਹੜੇ ਭੋਜਨ ਸਮਾਜ ਪਾਰਟੀ ਦੇ ਆਗੂ ਆ ਇਹਨਾਂ ਦੇ ਵਿਚਾਰ ਆ ਜਿਹੜੀਆਂ ਗੱਠ ਜੋੜ ਕਰਨ ਦੀਆਂ ਜਿਹੜੀਆਂ ਰਵੈਤਾਂ ਜਾਂ ਮੀਟਿੰਗਾਂ ਉਹਦਾ سلسلہ ਸ਼ੁਰੂ ਹੋ ਗਿਆ ਸੀਗਾ ਖਾਸ ਕਰਕੇ ਮੇਰੇ ਯਾਦ ਆ ਮੈਂ 28 ਸਤੰਬਰ 2020 ਨੂੰ ਇੱਕ ਵੱਡੀ ਖਬਰ ਨਾਸ਼ਰ ਕੀਤੀ ਸੀਗੀ ਕਿ ਦੋਹਾਂ ਦਾ ਸਮਝੌਤਾ ਹੋ ਰਿਹਾ ਹੈ ਤੇ ਉਸ ਤੇ ਹੁਣ ਇਹਨਾਂ ਦਾ ਸਮਝੌਤਾ ਹੋ ਗਿਆ ਤੇ ਮੈਂ ਜਦ ਕਿ ਪਹਿਲਾਂ ਖਬਰ ਨਾਸ਼ਰ ਕਰ ਦਿੱਤੀ ਤੇ ਦੂਜੀ ਗੱਲ ਜਿਹੜੀ ਤੁਸੀਂ ਇਹ ਕੱਲ ਕਹਿ ਰਹੇ ਆ ਨਾ ਕਿ ਵੀ ਦੁਆਬੇ ਦੇ ਵਿੱਚ ਜਿਹੜੀਆਂ ਕੁਝ ਵਰਕਰ ਜਿਹੜੇ ਨਾਰਾਜ਼ ਨੇ ਦੇਖੋ ਜਦੋਂ ਕੋਈ ਵੀ ਗੱਠ ਜੋੜ ਹੁੰਦਾ ਜਦੋਂ ਕਿਸੇ ਦੀ ਸੀਟ ਜਿਹੜਾ ਉਮੀਦਵਾਰ ਆ ਉਹਦੀ ਸੀਟ ਕੱਟੀ ਜਾਂਦੀ ਆ ਤਾਂ ਇੱਕ ਵਾਰੀ ਜਿਹੜਾ ਅਜਿਹਾ ਰੌਲਾ ਜਿਹੜਾ ਸ਼ੁਰੂ ਆਤੀ ਦੌਰ ਦੇ ਦਰਮਾਨ ਵਿਰੋਧ ਹੁੰਦਾ ਹੀ ਆ ਇਹ ਕੱਲਾ ਬੋਝ ਸਮਾਜ ਪਾਰਟੀ ਦੇ ਜਿਹੜੀ ਲੀਡਰਸ਼ਿਪ ਆ ਜਾਂ ਵਰਕਰ ਆ ਉਹਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਇਹ ਜ ਅਕਾਲੀ ਦਲ ਵੱਲੋਂ ਵੀ ਕੀਤਾ ਜਾ ਰਿਹਾ ਕਈ ਛਿੱਤਾਂ ਦੇ ਜਿਹੜੀਆਂ ਬੋਝ ਸਮਾਜ ਪਾਰਟੀ ਦੇ ਖਾਤੇ ਦੇ ਵਿੱਚ ਆ ਗਿਆ ਉਦਾਹਰਨ ਦੇ ਤੌਰ ਤੇ ਜਿਵੇਂ ਬਸੀ ਜਾਂ ਮਾ ਚਮਕੌਰ ਸਾਹਿਬ ਦੀ ਗੱਲ ਕਰ ਸਕਦਾ ਆਨੰਦਪੁਰ ਸਾਹਿਬ ਦੀ ਗੱਲ ਕਰ ਸਕਦਾ ਇਹਨਾਂ ਦੋ ਹਲਕਿਆਂ ਦੇ ਵਿੱਚੋਂ ਜਿਹੜੀਆਂ ਰਿਪੋਰਟਾਂ ਕੱਲ ਆਈਆਂ ਇੱਥੇ ਵੱਡੀ ਪੱਧਰ ਤੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਤੇ ਵਰਕਰ ਨੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਮੀਟਿੰਗਾਂ ਕਰਕੇ ਬਕਾਇਦਾ ਪਾਰਟੀ ਪ੍ਰਧਾਨ ਆ ਜਿਹੜੇ ਸਦਾ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਫੈਸਲਾ ਪਲਟਣ ਵਾਸਤੇ ਕਿਹਾ ਪੁਨਰ ਵਿਚਾਰ ਕਰਨ ਦੀ ਗੱਲ ਕਹੀ ਆ ਇੱਥੋਂ ਤੱਕ ਕਿ ਜਿਹੜੇ ਚਮਕੌਰ ਸਾਹਿਬ ਹਲਕੇ ਦੇ ਅਕਾਲੀ ਆਗੂ ਨੇ ਇਹ ਉਹਨਾਂ ਨੇ ਤਾਂ ਹਫਤੇ ਦੇ ਬਾਅਦ ਸਮੂਹਿਕ ਰੂਪ ਦੇ ਵਿੱਚ ਅਰਜ਼ਾਇਨ ਦੇਣ ਦੀ ਵੀ ਗੱਲ ਕੀਤੀ ਆ ਕਿ ਸਾਡੀ ਟਿਕਟਾ ਜਿਹੜੀ ਚਮਕੌਰ ਸਾਹਿਬ ਆ ਬੀ ਇਤਿਹਾਸਕ ਜਿਹੜਾ ਕਸਬਾ ਇੱਥੇ ਅਕਾਲੀ ਦਲ ਦੇ ਜਿਹੜੇ ਲੀਡਰ ਆ ਪੰਥਕ ਹਲਕਾ ਪੰਥਕ ਹਲਕਾ ਕਿ ਉਹਨਾਂ ਦੇ ਜਿਹੜੇ ਉੱਥੇ ਦੀ ਨੁਮਾਇੰਦਗੀ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੇ ਸੰਧੂ ਪਰਿਵਾਰ ਬੀਬੀ ਸਤਵੰਤ ਕੌਰ ਤੇ ਸੰਧੂ ਨੇ ਹਰ ਬੇਟੇ ਨੇ ਹਰ ਮੁੰਸੰ ਸੰਧੂ ਉਹ ਉਥੋਂ ਤਿਆਰੀ ਕਰਦੇ ਨੇ ਹਲਕਾ ਇੰਚਾਰਜ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਦੇਖੋ ਜਦੋਂ ਗੱਠਜੋੜ ਹੁੰਦਾ ਤਾਂ ਤੁਹਾਡਾ ਦੋ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੁੰਦੀਆਂ ਤਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਹੁੰਦੀਆਂ ਕੁਝ ਛੱਡਣੀਆਂ ਕਰਨੀਆਂ ਪੈਂਦੀਆਂ ਕੁਝ ਲੈਣੀਆਂ ਪੈਂਦੀਆਂ ਦੋਹਾਂ ਨੂੰ ਇਹ ਦੋ ਜੇਕਰ ਦੋਵੇਂ ਧਿਰਾਂ ਆਪਣੀ ਆਪਣੀ ਮੰਗ ਪਰ ਆਪਣੇ ਆਪਣੇ ਅਹ ਸੀਟ ਨੂੰ ਲੈ ਕੇ ਅੜੀਆਂ ਰਹਿਣਗੀਆਂ ਤਾਂ ਸਮਝੌਤਾ ਨਹੀਂ ਹੋ ਸਕਦਾ ਦੇਖੋ ਪਹਿਲਾ ਹੁੰਦਾ ਵੀ ਕਿੰਨੀਆਂ ਸੀਟਾਂ ਲੜਨੀਆਂ ਫਿਰ ਕਿਹੜੀ-ਕਿਹੜੀ ਸੀਟ ਲੜਨੀਆਂ ਕਿੱਥੇ-ਕਿੱਥੇ ਕਿਹੜੀ-ਕਿਹੜੀ ਪਾਰਟੀ ਦਾ ਆਧਾਰ ਹੈ ਇਹ ਸਾਰਾ ਕੁਝ ਦੇਖਿਆ ਜਾਂਦਾ ਹੁਣ ਮੈਂ ਚਮਕੌਰ ਸਾਹਿਬ ਵਾਲੀ ਗੱਲ ਦੀ ਗੱਲ ਕਰਦਾ ਉਦਾਹਰਨ ਆਪਾਂ ਉਦਾਹਰਨ ਦੀ ਗੱਲ ਕਰ ਰਿਹਾ ਚਮਕੌਰ ਸਾਹਿਬ ਤੇ ਲਗਾਤਾਰ ਤਿੰਨ ਵਾਰੀ ਹੈ ਜਿਹੜੀ ਅਕਾਲੀ ਦਲ ਉੱਥੋਂ ਲੂਜ਼ ਕਰਦਾ ਰਿਹਾ ਤਿੰਨੇ ਵਾਰੀ ਕਾਂਗਰਸ ਉੱਥੇ ਜਿੱਤੀ ਆ ਇਸ ਕਰਕੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਹਾਈ ਕਮਾਂਡ ਆ ਹੋ ਸਕਦਾ ਇਹ ਸੋਚਦੇ ਹੋਵੇ ਵੀ ਲਗਾਤਾਰ ਤੋਂ ਸੀ ਤਿੰਨ ਵਾਰੀ ਤੋਂ ਤਿੰਨ ਟਰਮਾਂ ਤੋਂ ਅਸੀਂ ਹਾਰਦੇ ਆ ਰਹਿਆ ਕਿ ਅਸੀਂ ਭੋਜਨ ਸਮਾਜ ਦੀ ਪਾਰਟੀ ਨੂੰ ਛੱਡ ਦਿੰਦੇ ਆ ਠੀਕ ਹੈ ਇਸੇ ਤਰ੍ਹਾਂ ਬਸੀ ਪਠਾਣਾ ਉੱਥੇ ਕਦੇ ਜਿੱਤਦੇ ਆ ਕਦੇ ਹਾਰਦੇ ਦੋ ਹੁਣ ਦੋ ਵਾਰੀ ਲਗਾਤਾਰ ਉੱਥੇ ਨਿਰੰਤਰ ਹਾਰਦੇ ਰਹੇ ਆ ਐ ਇਸੇ ਤਰ੍ਹਾਂ ਕਈ ਹੋਰ ਸੀਟਾਂ ਹੁਣ ਜਿਹੜੀਆਂ 20 ਸੀਟਾਂ ਮਿਲੀਆਂ ਭੋਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਉਹ ਚੋਂ 12 ਸੀਟਾਂ ਉਹ ਆ ਜਿਹੜੀਆਂ ਅ ਬੀਜੇਪੀ ਦੀ ਲੀਡਰਸ਼ਿਪ ਆ ਮਤਲਬ ਜਿੱਥੇ ਜਿੱਥੇ ਲੜਦੀ ਰਹੀ ਆ ਜਾਂ ਸ਼ਹਿਰੀ ਖੇਤਰ ਨਾਲ ਸੰਬੰਧਿਤ ਆ ਇਸ ਕਰਕੇ ਕੁਝ ਸੀਟਾਂ ਇਹ ਜਿਹੜੀਆਂ ਦੁਆਬੇ ਦੇ ਵਿੱਚ ਉਹ ਬੀਜੇਪੀ ਦਾ ਜਿੱਥੇ ਲੜੀ ਆ ਜਾਂ ਅਕਾਲੀ ਦਾ ਲੜਦਾ ਰਿਹਾ ਉੱਥੇ ਬੋਝੇ ਸਮਾਜ ਪਾਰਟੀ ਦੀ ਲੀਡਰਸ਼ਿਪ ਇਸ ਕਰਕੇ ਦਬਾਅ ਪਾ ਰਹੀ ਆ ਜਿ ਕੋ ਨੋ ਡਾਟ ਵੀ ਭਾਰਤ ਵਿੱਚ ਸਭ ਨਾਲੋਂ ਵੱਧ ਜਿਹੜੀ ਆਬਾਦੀ ਆ ਐਸਸੀ ਆਬਾਦੀ ਆ ਉਹ ਪੰਜਾਬ ਦੇ ਵਿੱਚ ਆ ਅ 2011 ਦੀ ਜਿਹੜੀ ਜਨਗਣਨਾ ਅਨੁਸਾਰ ਆ ਉਹਦੇ ਮੁਤਾਬਕ 32% ਤੇ ਕਰੀਬ ਜਿਹੜੀ ਆਬਾਦੀ ਆ ਉਹ ਐਸਸੀ ਭਾਈਚਾਰੇ ਦੀ ਇੱਥੇ ਵੱਣਦੀ ਆ। ਉਹਦੇ ਵਿੱਚੋਂ ਸਭ ਨਾਲੋਂ ਵੱਧ ਜੀ ਆਬਾਦੀ ਵੱਣਦੀ ਆ ਟੋਟਲ ਆਬਾਦੀ ਦੇ ਵਿੱਚੋਂ ਉਹ ਜਿਹੜਾ ਦੁਆਬਾ ਹੈ ਉਹਦੇ ਵਿੱਚ ਹੋਰ ਵੀ ਵੱਧ ਵੱਣਦੀ ਆ। ਦੁਆਬੇ ਦੇ ਵਿੱਚ ਬੋਝਨ ਸਮਾਜ ਪਾਰਟੀ ਦਾ ਚੰਗਾ ਆਧਾਰ ਆ। ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਹਲਕੇ ਦੇ ਵਿੱਚੋਂ ਇਹਨਾਂ ਦਾ ਚੰਗਾ ਗ੍ਰਾਫ ਰਿਹਾ ਹੈ। ਖਾਸ ਕਰਕੇ ਜਿਹੜੀ ਬੰਗਾ ਸੀਟ ਆ ਉਹ ਬੰਗਾ ਸੈਗਮੈਂਟ ਆ ਜਿਹੜੀ ਉਹਦੇ ਵਿੱਚ ਭੋਜਨ ਸਮਾਜ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ ਇਸ ਕਰਕੇ ਜਿਹੜੇ ਦੁਆਬੇ ਦੇ ਜਿਹੜੇ ਭੋਜਨ ਸਮਾਜ ਪਾਰਟੀ ਦੇ ਵਰਕਰ ਨੇ ਉਹ ਡਿਮਾਂਡ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਹਲਕੇ ਨੇ ਉੱਥੇ ਜਿਵੇਂ ਕਿ ਆਦਮਪੁਰ ਹੋ ਗਿਆ ਬੰਗਾ ਹੋ ਗਿਆ ਫਲੌਰ ਹੋ ਗਿਆ ਕਰਤਾਰਪੁਰ ਤਾਂ ਚਲੋ ਇਹਨਾਂ ਦੇ ਹਿੱਸੇ ਚ ਆ ਗਈ ਆਲਨਪੁਰ ਸਾਹਿਬ ਦੇ ਵਿੱਚ ਵੀ ਆਧਾਰ ਬੰਨਿਆ ਜਿਹਾ ਹੈ ਬਸ ਪਾ ਤੇ ਕਪੂਰਥਲਾ ਵੀ ਇਹਨਾਂ ਦੇ ਹਿੱਸੇ ਆ ਗਈ ਤੇ ਨਾਲ ਦੀ ਨਾਲ ਜਿਵੇਂ ਗੜਸ਼ੱਕ ਹੋ ਗਿਆ ਜਿਹੜੀ ਇਹ ਬੈਲਟ ਆ ਇਹਦੇ ਵਿੱਚ ਬੀਐਸਪੀ ਦਾ ਚੰਗਾ ਆਧਾਰ ਆ ਤੇ ਉਹ ਇਹ ਕਹਿ ਰਹੇ ਨੇ ਉੱਥੇ ਬੀਐਸਪੀ ਦੇ ਵਰਕਰ ਕਿ ਸਾਨੂੰ ਇਧਰ ਲਿਆ ਸੀਟਾਂ ਲੈ ਲੈਣੇ ਚਾਹੀਦੀਆਂ ਉਹ ਸੀਟਾਂ ਛੱਡ ਦੋ ਹੁਣ ਜਿਸ ਤਰ੍ਹਾਂ ਬੰਗਾ ਤੇ ਆਦਮਪੁਰ ਇਹ ਦੋ ਸੀਟਾਂ ਦੇ ਵਿੱਚ ਪਹਿਲਾਂ ਹੀ ਅਕਾਲੀ ਦਲ ਜਿਹੜਾ ਉੱਥੋਂ ਜੇਤੂ ਆ ਬੰਗਾ ਦੇ ਵਿੱਚ ਲੋਕ ਸਭ ਦੇ ਚੋਣਾਂ ਦੇ ਵਿੱਚ ਭਾਵੇਂ ਭੋਜਨ ਸਮਾਜ ਪਾਰਟੀ ਜਿੱਤੀ ਹੈ ਪਰ ਜਿਹੜੀਆਂ 2017 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਉੱਥੇ ਹਾਲਾਤ ਕੋਈ ਇਦਾਂ ਦੇ ਬਣੇ ਸੀਗੇ ਉੱਥੇ ਅਕਾਲੀ ਦਲ ਦੇ ਜਿਹੜੇ ਅਮੀਂ ਦੁਆਰਾ ਡਾਕਟਰ ਸੁਖੀ ਉਹ ਦਿੱਤੇ ਹੋਏ ਨੇ ਹਾਂ ਆਦਮਪੁਰ ਤੋਂ ਪਵਰਟੇ ਨੂੰ ਦਿੱਤੇ ਹੋਏ ਨੇ ਪਵਰਟੇ ਨੂੰ ਵੀ ਲੰਬਾ ਸਮਾਂ ਜਿਹੜਾ ਬੋਝੇ ਸਮਾਜ ਪਾਰਟੀ ਦੇ ਵਿੱਚ ਰਹੇ ਬੋਝੇ ਸਮਾਜ ਪਾਰਟੀ ਜਦੋਂ ਡੇ ਬਾਏ ਡੇ ਆ ਜਿਹੜੇ ਬिखरਦੇ ਰਹੇ ਲੀਡਰ ਉਹਨਾਂ ਦੇ ਛਾਲ ਮਾਰ ਕੇ ਹੋਰ ਪੁੱਛ ਜਾਂਦੇ ਨੇ ਤਾਂ ਉਦੋਂ ਪਵਰਟੇ ਨੂੰ ਆ ਜਿਹੜਾ ਉਹ ਵੀ ਅਕਾਲੀ ਦਲ ਵਿੱਚ ਆ ਗਿਆ ਸੀਗਾ ਉਹ ਵੀ ਉੱਥੋਂ ਇਸ ਤਾਂ ਵਧਾਏਗਾ ਇਸ ਕਰਕੇ ਕਿਤਨਾ ਕਿਤੇ ਜਿਹੜੀ ਫਿਰ ਅਕਾਲੀ ਦਾ ਲਾ ਉਹਨਾਂ ਨੇ ਇਹ ਸੀਟਾਂ ਪਰ ਆਪਣਾ ਹੱਕ ਜਮਾਇਆ ਤੇ ਹੱਕ ਬਣਦਾ ਵੀ ਆ ਜਿਹੜਾ ਜਦੋਂ ਤੁਹਾਡਾ ਮੌਜੂਦਾ ਉੱਥੇ ਵਿਧਾਇਕ ਹੋਵੇ ਮੌਜੂਦਾ ਤੁਹਾਡੀ ਲੀਡਰਸ਼ਿਪ ਹੋਵੇ ਤਾਂ ਹਲਕਾ ਜਿਹੜਾ ਛੱਡਿਆ ਨਹੀਂ ਜਾ ਸਕਦਾ ਇਸ ਕਰਕੇ ਕਿਤਨਾ ਕਿਤੇ ਜਿਹੜਾ ਅ ਅਕਾਲੀ ਦਲ ਨੇ ਇਹੀ ਸੋਚ ਕੇ ਉਹ ਸੀਟਾਂ ਇਹਨਾਂ ਨੂੰ ਛੱਡੀਆਂ ਕਿ ਤੁਸੀਂ ਇਹ ਸੀਟਾਂ ਜਿਹੜੀਆਂ ਲੈ ਲਓ ਹੁਣ ਆਨੰਦਪੁਰ ਸਾਹਿਬ ਆ ਹੁਣ ਅਕਾਲੀ ਲੀਡਰਸ਼ਿਪ ਇਸ ਕਰਕੇ ਰੌਲਾ ਪਾ ਰਹੀ ਹੈ ਕਿ ਆਨੰਦਪੁਰ ਸਾਹਿਬ ਗੁਰੂਆਂ ਦੀ ਧਰਤੀ ਆ ਕਿ ਉਹ ਵੀ ਪੰਥਕ ਸੀਟਾਂ ਅਕਾਲੀ ਦਲ ਨੇ ਛੱਡਦੀ ਜੇ ਤੁਸੀਂ ਇਹਦਾ ਦੂਜਾ ਪੱਖ ਦੇਖਿਆ ਜਾਵੇ ਕਿ ਜਿਹੜੇ ਬੋਧੀ ਸਮਾਜ ਪਾਰਟੀ ਵਾਲੇ ਆ ਕਿ ਆ ਉਹ ਗੁਰੂ ਦੀ ਨਗਰੀ 'ਚ ਹੀ ਨਹੀਂ ਆਉਂਦੇ ਜੇ ਗੁਰੂ ਦੀ ਨਗਰੀ 'ਚ ਨੂੰ ਜਾਂ ਫਿਰ ਇਹ ਇਹੋ ਵੀ ਗੁਰੂ ਦੀ ਜਿਹੜੀ ਨਗਰੀ ਆ ਆਨੰਦਪੁਰ ਸਾਹਿਬ ਉਹ ਕੱਲਾ ਅਕਾਲੀ ਦਲ ਦਾ ਹੈ ਕੱਲਾ ਸਿੱਖਾਂ ਦਾ ਉਹ ਬਾਕੀ ਭਾਈਚਾਰੇ ਦਾ ਨਹੀਂ ਜੇ ਇਹ ਗੱਲ ਕਰੀਏ ਅਗਲੀ ਗੱਲ ਵੀ ਜੋੜ ਲਈਏ ਵੀ ਗੁਰੂ ਦੀ ਨਗਰੀ ਜਿਹੜੀ ਉੱਥੇ ਬਸਾਈ ਗਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਉੱਥੇ ਤੇ ਜਾਤ ਪਾਤ ਦਾ ਜਿਹੜਾ ਖਾਤਮਾ ਕੀਤਾ ਸੀਗਾ ਉੱਥੇ ਤੇ ਇੱਕ ਨਵਾਂ ਪੰਥ ਜਿਹੜਾ ਬਸਾਇਆ ਗਿਆ ਸੀਗਾ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਸੀਗਾ ਜਿਹੜੇ ਪੰਜ ਪਿਆਰੇ ਸੀਗੇ ਭਾਈ ਦਿਆ ਸੀ ਭਾਈ ਧਰਮ ਸੀ ਭਾਈ ਹਿੰਮਤ ਸੀ ਭਾਈ ਮੋਹਕਮ ਸੀ ਭਾਈ ਸਾਹਿਬ ਸੀ ਜੇ ਦੇਖੋ ਤੇ ਕਿਹੜੀਆਂ ਜਾਤ ਨਾਲ ਸੰਬੰਧਤ ਹੈ ਕਿਹੜੇ-ਕਿਹੜੇ ਸੂਬਿਆਂ ਤੋਂ ਆਏ ਆ ਇਸ ਕਰਕੇ ਇਹ ਗੱਲ ਤਾਂ ਸੰਕੋ ਜਿਹੜੀ ਅਕਾਲੀ ਲੀਡਰਸ਼ਿਪ ਉਹਨੂੰ ਮਾਣ ਨਾਲ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਜਿਹੜੀ ਇੱਥੋਂ ਇੱਕ ਸਮਾਜਿਕ ਪਰਿਵਰਤਨ ਦੀ ਜਿਹੜੀ ਲਹਿਰਾਂ ਸ਼ੁਰੂ ਕੀਤੀ ਗਈ ਆ ਹੁਣ ਦੇਖੋ ਸੀਟਾਂ ਦੇ ਵਿੱਚ ਦੋਵੇਂ ਧਿਰਾਂ ਦਾ ਦੀ ਜਿਹੜੇ ਲੀਡਰਸ਼ਿਪ ਬੈਠੂਗੀ ਬੈਠ ਕੇ ਸਮਝੌਤਾ ਕਰ ਲਿਆ ਇਹਨਾਂ ਦਾ ਹੋ ਗਿਆ ਗੱਠਜੋੜ ਹੋ ਗਿਆ ਅਗਲੀਆਂ ਜਿਹੜੀਆਂ ਹੁਣ ਕਮੇਟੀਆਂ ਉਹ ਇਹਨਾਂ ਦੀਆਂ ਜਿਹੜੀਆਂ ਕੋਆਰਡੀਨੇਸ਼ਨ ਕਮੇਟੀਆਂ ਸਟੇਟ ਲੈਵਲ ਦੀਆਂ ਵੀ ਬਣਣੀਆਂ ਜ਼ਿਲ੍ਹਾ ਲੈਵਲ ਦੀਆਂ ਵੀ ਬਣਣੀਆਂ ਥੱਲੇ ਵੀ ਬਣਣੀਆਂ ਉਹ ਜਦੋਂ ਕੋਆਰਡੀਨੇਸ਼ਨ ਕਮੇਟੀਆਂ ਬਣਣਗੀਆਂ ਤਾਂ ਜਿਹੜੇ ਮੱਤ ਭੇਜਦਾ ਉਹ ਦੂਰ ਹੋ ਜਾਣਗੇ ਜਾਂ ਲੀਡਰਸ਼ਿਪ ਕਰਵਾ ਦੇਗੀ ਜਿਹੜੇ ਜਿਹੜੇ ਬੰਦੇ ਦੀ ਟਿਕਟ ਕੱਤੀ ਗਈ ਆ ਮੇਨ ਤਾਂ ਰੋਲਾ ਉਹਨੂੰ ਇਹ ਆ ਵੀ ਮੈਨੂੰ ਐਡਜਸਟ ਕੀਤਾ ਜਾਣਾ ਉਹਨੂੰ ਜਿਹੜੀ ਪਾਰਟੀ ਹਾਈ ਕਮਾਂਡ ਆ ਭਰੋਸਾ ਦੇਵੇਗੀ ਕਿ ਜਦੋਂ ਸਰਕਾਰ ਬਣ ਗਈ ਤੈਨੂੰ ਐਡਜਸਟ ਕੀਤਾ ਜਾਮਗਾ ਜੇਕਰ ਲੋੜ ਪੈ ਗਈ ਕਿਤੇ ਤਾਂ ਹੋ ਸਕਦਾ ਇੱਕ ਦੋ ਸੀਟਾਂ ਦੇ ਪਰਦੋ ਬਦਲ ਪਾਰਟੀ ਜੇ ਚਾਹੇ ਤਾਂ ਕਰ ਵੀ ਸਕਦੇ ਆ ਮੈਨੂੰ ਨਹੀਂ ਲੱਗਦਾ ਕਿ ਹੁਣ ਪਾਰਟੀ ਕਿਸੇ ਸੀਟ ਪਰ ਰਦੋ ਬਦਲ ਕਰੇਗੀ ਪਰ ਉਹਨਾਂ ਨੂੰ ਪਤਿਆ ਲਵੇਗੀ ਜਿਹੜਾ ਇਹ ਸਮਝੌਤਾ ਹੋਇਆ ਹੈ ਅਕਾਲੀ ਦਲ ਦਾ ਤੇ ਬੋਸ ਸਮਾਜ ਪਾਰਟੀ ਦਾ ਇਹ ਰਾਜਨੀਤਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਬਹੁਤ ਮਹੱਦੇ ਰੱਖਦਾ ਹੈ ਭਾਵੇਂ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਹੋ ਗਿਆ ਕਾਂਗਰਸ ਹੋ ਗਈ ਆਮ ਆਦਮੀ ਪਾਰਟੀ ਭਾਜਪਾ ਬੇਮੇਲ ਕਹਿ ਰਹੀਆਂ ਕੋਈ ਮਹੱਈ ਨਹੀਂ ਰੱਖਦੀਆਂ ਪਰ ਤੁਸੀਂ ਸਿਆਸੀ ਤੌਰ ਤੇ ਤੇ ਧਾਰਮਿਕ ਤੇ ਰਾਜਨੀਤਿਕ ਤੌਰ ਤੇ ਜਿਹੜੀ ਮੈਂ ਗੱਲ ਕੀਤੀ ਹੈ ਸਮਾਜਿਕ ਤੌਰ ਤੇ ਬਹੁਤ ਮਹੱਦੇ ਇਸ ਕਰਕੇ ਰੱਖਦਾ ਜਦੋਂ ਅੱਜ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਪਿੰਡਾਂ ਦੇ ਵਿੱਚ ਉਹ ਬਹੁਤ ਡਾਊਨ ਹੋ ਗਈ ਸੀਗੀ ਗੁਰੂਗਰਾਜ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਤੇ ਭਾਜਪਾ ਨਾਲ ਇਹਨਾਂ ਦਾ ਸਾਥ ਆ ਜਿਹੜਾ ਤੁਸੀਂ ਦੱਸਿਆ ਪਤੀ ਪਤਨੀ ਵਾਲਾ 9 ਮਾਸ ਦਾ ਰਿਸ਼ਤਾ ਉਹ ਟੁੱਟ ਹੋ ਗਿਆ ਸੀਗਾ ਇਸ ਕਰਕੇ ਦੋਵੇਂ ਧਿਰਾਂ ਨੂੰ ਜਿਹੜਾ ਸਮਝੌਤੇ ਦੀ ਜ਼ਰੂਰਤ ਸੀਗੀ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਹੁਣ ਖਾਸ ਕਰਕੇ ਜਿਹੜਾ ਪਿੰਡੂ ਏਰੀਆ ਹੈ ਦਿਹਾਤ ਦਾ ਖੇਤਰ ਆ ਉਹਦੇ ਵਿੱਚ ਅਕਾਲੀ ਦਲ ਦੀ ਸਥਿਤੀ ਆ ਜਿਹੜੀ ਪਹਿਲਾਂ ਹੀ ਕਾਫੀ ਅੱਛੀ ਰਹੀ ਆ ਤੇ ਹੁਣ ਜਿਹੜਾ ਦਿਹਾਤ ਦੇ ਵਿੱਚ ਬੀਐਸਪੀ ਆ ਜਿਹੜਾ ਉਹਦਾ ਵੀ ਆਧਾਰ ਹੈਗਾ ਸ਼ਹਿਰਾਂ 'ਚ ਵੀ ਹੈਗਾ ਪਿੰਡਾਂ ਦੇ ਵਿੱਚ ਜਿਆਦਾ ਹੁਣ ਪਿੰਡਾਂ ਦੇ ਵਿੱਚ ਇਹਨਾਂ ਦੋਵਾਂ ਜਿਹੜੇ ਬਰਗ ਨਾਲ ਸੰਬੰਧਿਤ ਲੋਕ ਆ ਉਹਨਾਂ ਦਾ ਵੋਟ ਬੈਂਕ ਆ ਜਿਹੜਾ ਕਾਫੀ ਜ਼ਿਆਦਾ ਹੈਗਾ ਇਸ ਕਰਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਚੰਗਾ ਰਿਸਪੌਂਸ ਮਿਲਣ ਦੀ ਸੰਭਾਵਨਾ ਦੂਜੇ ਪਾਸੇ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਵੀ ਸਮਾਜਿਕ ਤੌਰ ਤੇ ਸਮਾਜਿਕ ਤੌਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਨਾ ਨਾਰਾ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਮਜ਼ਦੂਰ ਏਕਤਾ ਦਾ ਚੱਲ ਰਿਹਾ ਹੈ ਨਾ ਤੇ ਕਿਸਾਨਾਂ ਦੀ ਤੇ ਜਿਹੜੀ ਦਲਤਾਂ ਦੀ ਆਪਾਂ ਜੱਟ ਭਾਈਚਾਰੇ ਦੀ ਕਹਿੰਦੇ ਜਾਂ ਦਲਤਾਂ ਦੀ ਕਹਿੰਦੇ ਇਹਨਾਂ ਦੀ ਵੀ ਪਿਛਲੇ ਲੰਬੇ ਸਮੇਂ ਤੇ ਜਿਹੜੇ ਕਾਮਕਾਰਾਂ ਨੂੰ ਲੈ ਕੇ ਖੇਤਾਂ ਦੇ ਵਿੱਚ ਕਾਮਕਾਰਾਂ ਨੂੰ ਲੈ ਕੇ ਜਾਂ ਹੋਰ ਆ ਪਿੰਡਾਂ ਦੇ ਵਿੱਚ ਇੱਕ ਸਾਂਝ ਬਣੀ ਹੋਈ ਆ ਇਹਦੇ ਨਾਲ ਜਿਹੜੀ ਇੱਕ ਹੁਣ ਚੱਲ ਰਹੀ ਸੀ ਜੀਰੀ ਇਲਾਉਣ ਨੂੰ ਲੈ ਕੇ ਕਈ ਜਗ੍ਹਾ ਮਤੇ ਪਏ ਆ ਹਨਾ ਵੀ ਉਹਨਾਂ ਨੂੰ ਮਜ਼ਦੂਰਾਂ ਨੂੰ ਘੱਟ ਮਜ਼ਦੂਰੀ ਦੇਣੀ ਆ ਕਿਤੇ ਦਰੇੜ ਦਰਾੜ ਪੈਣ ਦੇ ਕੋਸ਼ਾਂ ਹੋ ਰਹੇ ਨੇ ਜਾਂ ਪਾਈਆਂ ਜਾ ਰਹੀਆਂ ਸੀਗਾ ਇਹਦੇ ਵਿੱਚ ਵੀ ਕਿਤਨਾ ਕਿਤੇ ਜਿਹੜੀਆਂ ਉਹ ਦਰਾੜ ਆ ਉਹ ਘਟਾਉਣ ਦਾ ਕੰਮ ਕਰੂੰਗੀ ਜਿਹੜਾ ਉਹ ਦੋਵੇਂ ਭਾਈਚਾਰਾ ਇਹ ਕਿੰਨਾ ਕਿਤੇ ਇੱਕ ਸਟੇਜ ਤੇ ਆਵੇਗਾ ਇਕੱਠੇ ਜਦੋਂ ਹੋਊਗਾ ਇਹਨਾਂ ਦੇ ਵਿੱਚ ਵੱਡੀ ਜਿਹੜੀ ਸਮਾਜਿਕ ਪਰਿਵਰਤਨਾ ਜਿਹੜਾ ਇੱਕ ਵਾਰੀ ਇਹ ਗੱਲਾਂ ਆ ਰਹੀਆਂ ਸੀ ਕਿ ਜਿਵੇਂ ਜਾਤ ਪਾਤ ਆ ਜਿਹੜੀ ਉਹ ਵੱਧਦੀ ਜਾ ਰਹੀ ਆ ਵੀ ਗੁਰਦੁਆਰਿਆਂ ਦੇ ਵਿੱਚ ਵਾੜ ਨਹੀਂ ਦਿੱਤਾ ਜਾ ਰਿਹਾ ਤਾਂ ਇਹ ਗੱਲਾਂ ਜਿਹੜੀਆਂ ਘਟਣ ਗਈਆਂ ਖਾਸ ਕਰਕੇ ਕਿਉਂਕਿ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਜਿਹੜਾ ਜੱਟ ਪਾਈਚਾਰਾ ਉਹਦਾ ਦੀ ਬਹੁਤਾਤ ਆ ਜਾਂ ਉਹਨਾਂ ਦਾ ਆਪਾਂ ਇਹ ਕਹਿ ਸਕਦੇ ਆ ਵੀ ਉਹਨਾਂ ਦਾ ਆਧਾਰ ਆ ਜਾ ਉੱਥੇ ਉਹਨਾਂ ਭਾਈਚਾਰਿਆਂ ਨਾਲ ਸੰਬੰਧਿਤ ਜਿਹੜੀਆਂ ਕਮੇਟੀਆਂ ਮੈਨੇਜਮੈਂਟ ਆ ਉਹਨਾਂ ਦਾ ਦਬਦਬਾ ਹੈਗਾ ਇਸ ਕਰਕੇ ਜਦੋਂ ਹੁਣ ਕੱਲ ਨੂੰ ਜਿਹੜੀ ਆਮ ਤੌਰ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਆ ਉਹ ਗੁਰਦੁਆਰਿਆਂ ਦੇ ਵਿੱਚੇ ਹੁੰਦੀਆਂ ਤੇ ਇਹ ਜਦੋਂ ਗੁਰਦੁਆਰੇ ਦੇ ਵਿੱਚ ਦੋਵੇਂ ਭਾਈਚਾਰਿਆਂ ਦੇ ਲੋਕ ਜਾਣਗੇ ਉਹਨਾਂ ਨੂੰ ਵੀ ਮਾਣ ਸਤਿਕਾਰ ਮਿਲੂਗਾ ਇਹ ਧਾਰਮਿਕ ਤੌਰ ਤੇ ਇਹ ਮੇਰਾ ਮੰਨਣਾ ਹੈ ਜਦੋਂ ਇਹ ਗੁਰਦੁਆਰਿਆਂ ਦੇ ਉੱਤੇ ਮੀਟਿੰਗਾਂ ਹੋਣਗੀਆਂ ਦੋਵੇਂ ਪਾਈਚਾਰੇ ਦੇ ਲੋਕ ਜਾਣਗੇ ਤਾਂ ਇਹ ਜਿਹੜੇ ਦਲਤ ਵਰਗ ਨਾਲ ਲੋਕ ਨੇ ਖਾਸ ਕਰਕੇ ਉਹ ਜੋ ਸਮਾਜ ਪਾਰਟੀ ਨਾਲ ਜੁੜੇ ਹੋਏ ਲੋਕ ਨੇ ਇਹ ਮਹਿਸੂਸ ਕਰਨਗੇ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਵੀ ਕਿ ਹੁਣ ਮਾਨ ਸਤਕਾਰ ਮਿਲਣਾ ਸ਼ੁਰੂ ਹੋਵੇਗਾ ਭਾਵੇਂ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਤ ਪਾਤ ਦਾ ਖਾਤਮਾ ਕਰਕੇ ਪੰਥ ਸਾ ਜਿਹੜੀ ਨਵੀਂ ਸ਼ੁਰੂਆਤ ਕੀਤੀ ਸੀ ਕਿ ਸਿੱਖ ਪੰਥ ਦੀ ਬਸਾਇਆ ਸਿੱਖ ਪੰਥ ਆ ਜਿਹੜਾ ਧਰਮਾ ਜਿਹੜਾ ਸ਼ੁਰੂ ਕੀਤਾ ਹੈ ਬਾਬੇ ਨਾਨਕ ਨੇ ਜਾਤ ਪਾਤ ਦਾ ਖਾਤਮਾ ਕਰਨ ਵਾਸਤੇ ਇੱਕ ਲਹਿਰ ਚਲਾਈ ਸੀ ਸਾਰੇ ਗੁਰੂਆਂ ਨੇ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਜਿਹੜੀ ਜਾਤ ਪਾਤ ਨੂੰ ਸ਼ੂਆ ਸ਼ਾਤ ਨੂੰ ਖਤਮ ਕਰਨ ਦੇ ਯਤਨ ਕੀਤੇ ਆ ਜਾਂ ਹੋਕਾ ਦਿੱਤਾ ਪਰ ਕਿਤਨਾ ਕੀਤੇ ਭਾਵੇਂ ਕਿ ਸਾਰਾ ਕੁਝ ਹੋ ਗਿਆ ਗੁਰੂਆਂ ਨੇ ਉਪਦੇਸ਼ ਦਿੱਤੇ ਗੁਰੂਆਂ ਨੇ ਪ੍ਰੇਰਿਤ ਕੀਤਾ ਸਾਡਾ ਸੰਵਿਧਾਨ ਵੀ ਬਣ ਗਿਆ ਉਹਦੇ باوجود ਕਿਤਨਾ ਕੀਤੇ ਜਿਹੜੀਆਂ ਪੰਜਾਬ ਦੇ ਵਿੱਚ ਵੀ ਬਾਕੀ ਸੂਬਿਆਂ ਦੇ ਮੁਕਾਬਲੇ ਘੱਟ ਆ ਆਪਾਂ ਇਹ ਨਹੀਂ ਕਹਿੰਦਾ ਜੀ ਬਿਲਕੁਲ ਨਹੀਂ ਹੈਗਾ ਬਹੁਤ ਘੱਟ ਆ ਇੱਥੇ ਬਖਰੇਵੇਂ ਜਾਤਪਾਤ ਹੈਗਾ ਸ਼ੂਭਾ ਸ਼ਾਂਤ ਨਹੀਂ ਹੈਗੀ ਬਾਕੀ ਸੂਬਿਆਂ ਦੇ ਵਿੱਚ ਸ਼ੂਭਾ ਸ਼ਾਂਤ ਵੀ ਹੈਗੀ ਆ ਇਹ ਕਿਤਨਾ ਕਿਤੇ ਇੱਥੇ ਇਹ ਗੱਲ ਮੰਨਣੀ ਪਊਗੀ ਹੁਣ ਜਿਹੜੇ ਇਹ ਦੋਵੇਂ ਧਿਰਾਂ ਦਾ ਸਮਝੌਤਾ ਹੋਇਆ ਹੈ ਕਿ ਇਤਨਾ ਕਿਤੇ ਇਹ ਆ ਜਿਹੜਾ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਇੱਕ ਪਰਵਾਤਨ ਲਿਆਉਣ ਦਾ ਯਤਨ ਕਰੇਗਾ ਜਿਹੜੀ ਹੁਣ ਤੁਸੀਂ ਬੰਗੇ ਦੀ ਜਾਂ ਗੜ ਸ਼ੰਕਰ ਆਦਮਪੁਰੋਂ ਲੈ ਕੇ ਸੀਟਾਂ ਦੀ ਉਹ ਚੱਲ ਰਿਹਾ ਮੈਨੂੰ ਲੱਗਦਾ ਬੰਗੇ ਯਾਰ ਆਦਮਪੁਰ ਦੇ ਤਾਂ ਬਿਲਕੁਲ ਹੀ ਨਹੀਂ ਮੰਨਣਗੇ ਜਿਵੇਂ ਮੈਂ ਦੱਸਿਆ ਕਿ ਉੱਥੇ ਤੈਨੂੰ ਤੇ ਡਾਕਟਰ ਸੁਖੀ ਜਿਹੜੇ ਖੁਦ ਵਿਧਾਇਕ ਨੇ ਹੋਰ ਕਿਸੇ ਸੀਟ ਤੇ ਜੇ ਕਹੇ ਤਾਂ ਉਹਨੂੰ ਮਿਲ ਸਕਦੀ ਆ ਫਗਵਾੜਾ ਸੀਟ ਆ ਪਹਿਲਾਂ ਹੀ ਇਹਨਾਂ ਦੇ ਕੋਟੇ 'ਚ ਬਹੁਤ ਜਿਹਾ ਸਮਾਜ ਪਾਰਟੀ ਦੇ ਆ ਗਈ ਐਦਾਂ ਹੀ ਕੁਝ ਸੀਟਾਂ ਹੁਣ ਮਹਾਲੀ ਸੀਟ ਆ ਮਹਾਲੀ ਸੀਟ ਦਾ ਜਿਹੜੀ ਅਕਾਲੀ ਦਲ ਦੇ ਕੋਟੇ 'ਚ ਜਾਣੀ ਚਾਹੀਦੀ ਸੀਗੀ ਅਕਾਲੀ ਦਲ ਨੂੰ ਖੁਦ ਲੜਨਾ ਚਾਹੀਦਾ ਸੀਗਾ ਮੈਂ ਬਸ ਬਾਰੇ ਗੱਲ ਕਰਨਾ ਚਾਹੁੰਦੀ ਸੀ ਕਿ ਕਿਸ ਬਿਹਾਫ ਤੋਂ ਜਿਹੜੀ ਮਹਾਲੀ ਸੀਟਾ ਬਸਪਾ ਨੂੰ ਦਿੱਤੀ ਗਈ ਤੇ ਤੇ ਲੋਕਾਂ ਨੂੰ ਪਤਾ ਨਹੀਂ ਕਈ ਵਾਰੀ ਵਿੱਕੇ ਸਿ ਬਿਹਾਰ ਦੇ ਦਿੱਤੀ ਹੁਣ ਦੇਖੋ ਜਿਹੜੇ ਸਿਆਸੀ ਆਗੂ ਹੁੰਦੇ ਨੇ ਉਹ ਇੱਕ ਤੀਰ ਦੇ ਨਾਲ ਤਿੰਨ ਨਿਸ਼ਾਨੇ ਫੁੱਟ ਦਿੰਦੇ ਨੇ ਜਿਉਂ ਨੇ ਇੱਕ ਨਾਲ ਇੱਕ ਨਿਸ਼ਾਨਾ ਲਾਇਆ ਮੈਨੂੰ ਲੱਗਦਾ ਫਿਰ ਉਹ ਕਹਿੰਦਾ ਯਾਰ ਕੁਝ ਨਹੀਂ ਹੋਇਆਗਾ ਹੁਣ ਜਿਹੜੀ ਮਹਾਲੀ ਸੀਟ ਹੈ ਇਹਦੇ ਵੀ ਕਈ ਮੈਨੇ ਨੇ ਦੇਖੋ ਬੀਐਸਪੀ ਨੂੰ ਛੱਡਣ ਦੇ ਮਹਾਲੀ ਸੀਟ ਤੇ ਵਿੱਚ ਜਿਹੜੀ ਟਿਕਟ ਲੈਣ ਨੂੰ ਬਹੁਤ ਰੌਲਾ ਚੱਲ ਰਿਹਾ ਉਹ ਰੌਲਾ ਇਹ ਚੱਲ ਰਿਹਾ ਹੈ ਕਿ ਉੱਥੇ ਦੇ ਜਿਹੜੇ ਚੰਦੂ ਮਾਜਰਾ ਸਾਹਿਬ ਨੇ ਉਹ ਵੀ ਆਪਣੇ ਪਰਿਵਾਰ ਵਾਸਤੇ ਟਿਕਟ ਮੰਗਦੇ ਨੇ ਕਿਤੇ ਨਾ ਕਿਤੇ ਉੱਥੇ ਜਿਹੜੀ ਟਿਕਟ ਲੈਣ ਵਾਸਤੇ ਜਿਹੜਾ ਐਨ ਕੇ ਸ਼ਰਮ ਹੈ ਉਹ ਵੀ ਕਹਿ ਰਿਹਾ ਸੀਗਾ ਕਿ ਮੈਨੂੰ ਮਹਾਲੀ ਤੋਂ ਟਿਕਟ ਦਿੱਤੀ ਜਾਵੇ ਉਹਨਾਂ ਦੇ ਵਿੱਚ ਵੀ ਕਿਈ ਨਾ ਕੋਈ ਟਕਰਾਅ ਚੱਲ ਰਿਹਾ ਹੈ ਤੇ ਹੁਣ ਅਕਾਲੀ ਲੀਡਰਸ਼ਿਪ ਨੇ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਦੋ ਨਿਸ਼ਾਨੇ ਮਾਰੇ ਨੇ ਇੱਕ ਤਾਂ ਉਹਨਾਂ ਨੇ ਭੋਜਨ ਸਮਾਜ ਪਾਰਟੀ ਨੂੰ ਸੀਟ ਦੇ ਦਿੱਤੀ ਆਪਣੇ ਵੱਲੋਂ ਛੱਡ ਦਿੱਤੀ ਦੂਜੇ ਪਾਸੇ ਨਾਲ ਦੀ ਨਾਲ ਕਿਤੇ ਨਾ ਕਿਤੇ ਚੰਦੂ ਮੱਜ ਰਿਹਾ ਜਿਹੜਾ ਉਹਨੂੰ ਵੀ ਕੱਟ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਤੂੰ ਸੀ ਜਦ ਹੁਣ ਕੁਦਰਤੀ ਤੌਰ ਤੇ ਉਹ ਬੋਜਸਵਾਜ ਪਾਰਟੀ ਦੇ ਖਾਤੇ ਚ ਚਲੇਗੀ ਤਾਂ ਚੰਦੂ ਮਾਜੇ ਦਾ ਤਾਂ ਹੁਣ ਡਿਮਾਂਡ ਹੀ ਨਹੀਂ ਨਾ ਕਰ ਸਕਦਾ ਜਦ ਉਹਨਾਂ ਦੇ ਖਾਤੇ ਦੇ ਵਿੱਚ ਹੀ ਰਹੀ ਉਹ ਤਾਂ ਜੋ ਗੱਲ ਵੀ ਕਰੂੰਗਾ ਉਹ ਤਾਂ ਕਹੂੰਗਾ ਜੀ ਕਹੂੰਗਾ ਜੀ ਚੰਦੂ ਮਾਜੇ ਦਾ ਸਾਹ ਇਹ ਸੀਟ ਤਾਂ ਹੁਣ ਬੀਐਸਪੀ ਦੇ ਖਾਤੇ ਚ ਚਲੀ ਗਈ ਤੁਸੀਂ ਹੁਣ ਹੋਰ ਜਗ੍ਹਾ ਦੱਸੋ ਕਿੱਥੇ ਮਿਲਦੀ ਆ ਉਹ ਆਪਣੇ ਬੇਟੇ ਵਾਸਤੇ ਜਿਹੜਾ ਛੋਟਾ ਬੇਟਾ ਉਹਨਾਂ ਵਾਸਤੇ ਵੀ ਕੋਈ ਕੋਟ ਟਿਕਟਾ ਜਿਹੜੀ ਮੰਗ ਰਿਹਾ ਸਮੇਂ ਸਮੇਂ ਜਿਹੜੀਆਂ ਇਹ ਗੱਲਾਂ ਉੱਠਦੀਆਂ ਹੁਣ ਇਸ ਕਰਕੇ ਕਈ ਹਲਕੇ ਹੋਰ ਵੀ ਨੇ ਸੀਗੇ ਜਿਨ੍ਹਾਂ ਵਿੱਚ ਲੀਡਰਾਂ ਨੂੰ ਹੇਠ ਉੱਪਰ ਕਰਨਾ ਪੈਂਦਾ ਪਾਰਟੀ ਆ ਜਿਹੜੀ ਜੇ ਸਮਝਾ ਉੱਤੇ ਕਰਦੀ ਆ ਬਹੁਤ ਕੁਝ ਦੇਖਦੀ ਆ ਜਿਸ ਕਰਕੇ ਕਈ ਵਾਰੀ ਵੱਡੇ ਜਿਹੜੇ ਆਗੂ ਆ ਉਹਨਾਂ ਨੂੰ ਉਹਨਾਂ ਦੇ ਟਿਕਟਾਂ ਵੀ ਕੱਟੀਆਂ ਜਾਂਦੀਆਂ ਜਾਂ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਇਸ ਕਰਕੇ ਇਸ ਮਾਮਲੇ ਵਿੱਚ ਵੀ ਇਹੀ ਹੋਇਆ ਕਿ ਪਾਰਟੀ ਨੇ ਜਿਹੜੀਆਂ 20 ਸੀਟਾਂ ਦਿੱਤੀਆਂ ਉਹਦੇ ਵਿੱਚ ਕੁਝ ਸੀਟਾਂ ਇਹੀਆਂ ਸੀਗੀਆਂ ਜਿੱਥੇ ਤੇ ਅਕਾਲੀ ਦਲ ਦੇ ਜਿਹੜੇ ਚੰਗੂ ਆਗੂ ਸੀਗੇ ਉਹ ਆਪਣੀਆਂ ਰਹਿਸਲਾਂ ਕਰ ਦਿੰਦੇ ਜਾਂ ਹਲਕਾ ਇੰਚਾਰ ਸੀਗੇ ਲੋਕਾਂ ਦੇ ਵਿੱਚ ਵਿਚੇ ਸੀਗੇ ਇਸ ਕਰਕੇ ਉਹਨਾਂ ਨੂੰ ਹੁਣ ਦੁੱਖ ਤਾਂ ਲੱਗਿਆ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 97 ਸੀਟਾਂ 'ਤੇ ਅਕਾਲੀ ਦਲ ਨੇ ਲੜਦਾ ਮੈਨੂੰ ਕੱਲ ਲੱਗਦਾ ਹੈ ਕਿ ਅਕਾਲੀ ਦਲ ਹੋਰ ਵੀ ਘੱਟ ਲੜ ਸਕਦਾ ਹੈ ਕਿਉਂਕਿ ਕੰਸੋਆਂ ਇਹ ਮਿਲ ਰਹੀਆਂ ਕਿ ਬਹੁਤ ਹੀ ਜਲਦੀ ਹੋ ਸਕਦਾ ਹੈ ਕਿ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਖਾਸ ਕਰਕੇ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਆ ਉਹ ਵੀ ਇਸ ਗੱਠ ਜੋੜ ਦਾ ਉਹ ਵੀ ਇਸ ਗੱਠ ਜੋੜ ਦਾ ਹਿੱਸਾ ਬਣ ਸਕਦੀਆਂ ਜੇਕਰ ਅਕਾਲੀ ਦਲ ਸੁਣਦੇ ਜਾਬੇ ਅਕਾਲੀ ਦਲ ਆ ਜੀ ਤੋਂ ਉਹ 5 ਸੀਟਾਂ ਮੰਗਦੇ ਨੇ ਤਿੰਨ ਸੀਪੀਆਈ ਵਾਲੇ ਤੇ ਦੋ ਸੀਪੀਆਈ ਐਮ ਵਾਲੇ ਵੀ ਉਹ 5 ਸੀਟਾਂ ਮੰਗ ਰਹੇ ਨੇ ਅਕਾਲੀ ਦਲ ਤਿੰਨ ਦੇ ਰਿਹਾ ਜੇ ਮੰਨ ਲਓ 5 ਸੀਟਾਂ ਉਹਨਾਂ ਨੂੰ ਵੀ ਦਿੱਤੀਆਂ ਜਾਂਦੀਆਂ ਤਾਂ ਅਕਾਲੀ ਦਲ ਉਹ ਸੀਟਾਂ 'ਤੇ ਆ ਜਾਊਗਾ ਜਿੰਨੀਆਂ ਸੀਟਾਂ 'ਤੇ ਉਹ ਪਹਿਲਾਂ ਬੀਜੇਪੀ ਦੇ ਨਾਲ ਜਿਹੜਾ ਗੱਠਜੋੜ ਹੁੰਦਾ ਜਿੰਨੀਆਂ ਬੀਜੇਪੀ ਨੂੰ ਸੀਟਾਂ ਉਤਈ ਛੱਡਦਾ ਰਿਹਾ ਉਹ ਸੀਟਾਂ ਛੱਡ ਕੇ ਉੰਨੀਆਂ ਸੀਟਾਂ ਪਰ ਲੜ ਲਊਗਾ ਜਿੰਨੀਆਂ ਪਰ ਉਹ ਪਹਿਲਾਂ ਲੜਦਾ ਰਿਹਾ ਹੁਣ ਦੇਖੋ 20 ਸੀਟਾਂ ਇੱਧਰ ਦੇਤੀਆਂ ਤਿੰਨ ਸੀਟਾਂ ਉਹ ਬੀਜੇਪੀ ਨੂੰ ਛੱਡਤੀ ਮਤਲਬ ਸੀਪੀਆਈ ਨੂੰ ਛੱਡਤੀਆਂ ਤੇ ਇਹ ਸੀਟਾਂ ਹੋਈ ਹੈ ਨਾ ਤੇ ਇਹ ਸੀਟਾਂ ਪਰ ਬੀਜੇਪੀ ਲੜਦੀ ਹੁੰਦੀ ਦੀ ਬਾਕੀ ਪਰ ਇਹ ਲੜਦਾ ਸੀਗਾ ਇਸ ਕਰਕੇ ਅਕਾਲੀ ਦਲ ਉੰਨੀਆਂ ਸੀਟਾਂ ਪਰ ਲੜਨ ਵਾਸਤੇ ਫਿਰ ਤਿਆਰ ਆ ਜਿੰਨੀਆਂ ਉਹਨਾਂ ਨੇ ਲੜਨੀਆਂ ਜਿੰਨੀਆਂ ਹੋਰ ਉਹ ਜਿੱਤਣੀਆਂ ਚਾਹੁੰਦੇ ਨੇ ਇਸ ਕਰਕੇ ਪੂਰੀ ਰਣਨੀਤੀ ਦੇ ਤਹਿਤ ਅਕਾਲੀ ਦਲ ਆ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਰਿਆ ਭਾਵੇਂ ਕਿ ਦੂਜੀਆਂ ਪਾਰਟੀਆਂ ਹਰੇ ਜੋੜ-ਟੋੜ ਦੀ ਰਾਜਨੀਤੀ ਕਰ ਲਿਗੀਆਂ ਇਹਨਾਂ ਨੇ ਗੱਠਜੋੜ ਕਰਦ ਕੇ ਆਪਣੀ ਜਿਹੜੀ ਪਹਿਲ ਕਦਮੀਆਂ ਸ਼ੁਰੂ ਕਰ ਦਿੱਤੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਪਰਿਵਰਤਨਾ ਜਿਹੜੇ ਉਹ ਦੇਖਣ ਨੂੰ ਮਿਲੂਗੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਜਿਨ੍ਹਾਂ ਨੇ ਅਕਾਲੀ ਦਲ ਸੰਜੁਗਤ ਬਣਾਇਆ ਰਣਜੀਤ ਸਿੰਘ ਬ੍ਰਹਮਪੂਰਾਂ ਨਾਲ ਮਿਲ ਕੇ ਹੋਰ ਆਗੂਆਂ ਦੇ ਨਾਲ ਉਹਨਾਂ ਨੇ ਵੀ ਇੱਕ ਜਿਹੜਾ ਨਰੇਗਾ ਫਰੰਟਾ ਇਕ ਕਿਸਾਨ ਮਜ਼ਦੂਰ ਕੋਈ ਭਲਾਈਮੰਚ ਹੈਗਾ ਉਹਨਾਂ ਨਾਲ ਸਮਝੌਤੇ ਕਰਦੇ ਉਹ ਵੀ ਜਿਹੜਾ ਗੱਠ ਜੋੜ ਵਾਲੇ ਪਾਸੇ ਵੱਧ ਰਿਹਾ ਆ ਉਹਨਾਂ ਵਾਲੇ ਦਿਨਾਂ 'ਚ ਇਹ ਵੀ ਚੱਲਦਾ ਹੈ ਕਿ ਜਿਹੜੇ ਪਟਿਆਲੇ ਤੋਂ ਸਾਬਕਾ ਮੈਂਬਰ ਆਫ ਪਾਰਲੀਮੈਂਟ ਨੇ ਤਰਮੀਰ ਗਾਂਧੀ ਹੋਰੀ ਹੋਗੇ ਜਾਂ ਬੈਂਸ ਬ੍ਰਦਰ ਹੋਗੇ ਜਿਹੜੇ ਹੋਰ ਆ ਉਹ ਵੀ ਇਕੱਠੇ ਹੋ ਕੇ ਇਹਨਾਂ ਦੇ ਨਾਲ ਸੰਯੁਕਤ ਅਕਾਲੀ ਦਲ ਆ ਜਿਹੜਾ ਉਹਨਾਂ ਨਾਲ ਗੱਠ ਜੋੜ ਕਰ ਸਕਦੇ ਆ ਕਿਉਂਕਿ ਹੁਣ ਜੂੰ ਜੂੰ ਚੋਣਾਂ ਨੇੜੇ ਆਈ ਜਾਣੀਆਂ ਤੇ ਉੱਤੇ ਜਿਹੜੀਆਂ ਸਰਗਰਮੀਆਂ ਉਹ ਬਾਧੀਆਂ ਜਾਣਗੀਆਂ ਤੇ ਪੰਜਾਬ ਦਾ ਜਿਹੜਾ ਰਾਜਨੀਤਿਕ ਮੌਲ ਆ ਉਦੇ ਵਿੱਚ ਵੀ ਕਾਫੀ ਸਰਗਰਮੀ ਆਵੇਗੀ ਸਰ ਲੱਗਦੇ ਹੱਥ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਸਕੂਲੀ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਉਹਨਾਂ ਦੇ ਨਾਲ ਵੀ ਉਹਨਾਂ ਦੇ ਬਾਰੇ ਵੀ ਗੱਲਬਾਤ ਕਰ ਲਈਏ ਉਹਨਾਂ ਦਾ ਜਿਹੜਾ ਸਿੱਖਿਆ ਮਾਡਲ ਆ ਬੜੀਆਂ ਚਰਚਾਵਾਂ ਦੇ ਵਿੱਚ ਪੰਜਾਬ ਦਾ ਸਿੱਖਿਆ ਮਾਡਲ ਆ ਨੰਬਰ 1 ਦਾ ਭਾਵੇਂ ਰੈਂਕ ਉਹਨੇ ਹਾਸਲ ਕਰ ਲਿਆ ਪਰ ਸਿੱਖਿਆ ਮੰਤਰੀ ਨੇ ਇੱਕ ਲਾਈਵ ਸੋਸ਼ਲ ਮੀਡੀਆ ਤੇ ਲਾਈਵ ਦਿੱਤਾ ਜਿਸ ਤੋਂ ਬਾਅਦ ਉਸ ਲਾਈਵ ਨੂੰ ਲਾਈਕਸ ਦੇ ਨਾਲੋਂ ਜ਼ਿਆਦਾ ਡਿਸਲਾਈਕਸ ਮਿਲੇ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਵਾਰ ਮਨ ਕੀ ਬਾਤ ਦੇ ਵਿੱਚ ਹੋਇਆ ਸੀ ਕਿ ਉਹ ਮਨ ਕੀ ਬਾਤ ਨੂੰ ਬਹੁਤ ਸਾਰੇ ਡਿਸਲਾਈਕਸ ਮਿਲੇ ਸੀ ਇਹ ਵਿਵਾਦ ਉਤੋਂ ਸ਼ੁਰੂ ਹੁੰਦਾ ਹੈ ਕਿ ਜਦੋਂ ਦਿੱਲੀ ਦੇ ਸਿੱਖਿਆ ਤੇ ਉਪ ਮੁੱਖ ਮੰਤਰੀ ਜਿਹੜੇ ਮਨੀਸ਼ ਸੋਧਿਆ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਦੋਸ਼ ਲਗਾਇਆ ਕਿ ਮੋਦੀ ਤੇ ਕੈਪਟਨ ਦੇ ਵਿੱਚ ਜਿਹੜੀ ਗੁਪਤ ਦੋਸਤੀ ਚੱਲ ਰਹੀ ਹੈ ਇਸੇ ਲਈ ਪੰਜਾਬ ਦੇ ਸਕੂਲਾਂ ਨੂੰ ਜਿਹੜੀ ਨੰਬਰ 1 ਦੀ ਰੈਂਕਿੰਗ ਦਿੱਤੀ ਗਈ ਔਰ ਉਸ ਤੋਂ ਬਾਅਦ ਪੰਜਾਬ ਦੇ ਸਕੂਲਾਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਵੱਲੋਂ ਵੀ ਸਵਾਲ ਚੁੱਕਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਵੀ ਬਹੁਤ ਸਾਰੀਆਂ ਖਾਮੀਆਂ ਨੇ ਸਿੱਖਿਆ ਮਾਡਲ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਉਸ ਦੇ ਹਿਸਾਬ ਦੇ ਨਾਲ ਨੰਬਰ 1 ਦੀ ਰੈਂਕਿੰਗ ਕਿਵੇਂ ਆ ਸਕਦੀ ਹੈ ਤੇ ਉਹ ਜਿਹੜੇ ਲਾਈਕਸ ਮਿਲਣ ਦੀ ਜਗ੍ਹਾ ਉਸ ਨੂੰ ਬਹੁਤ ਸਾਰੇ ਡਿਸਲਾਈਕਸ ਮਿਲ ਰਹੇ ਵਿਜੇਂਦਰ ਸਿੰਘ ਲਾਲ ਦੇਖੋ ਕਮਲ ਜੀ ਗੱਲ ਇਹ ਹੈ ਆ ਜਿਹੜੀ ਲਾਈਕ ਡਿਸਲਾਈਕ ਹੋਣਾ ਦੀ ਹੋਣੀ ਗੱਲ ਹੈ ਨਾ ਪਸੰਦ ਨਾ ਪਸੰਦ ਜਾਂ ਜਿਹੜਾ ਪੰਜਾਬ ਨੂੰ ਨੰਬਰ 1 ਸਿੱਖਿਆ ਦੇ ਖੇਤਰ ਚ ਮਿਲਣਾ ਇਹਨਾਂ ਦੋਵਾਂ ਦੇ ਵਿੱਚ ਇੱਕ ਅੰਤਰ ਹੈ ਹੁਣ ਤੁਸੀਂ ਦੇਖੋ ਵੀ ਜਿਹੜਾ ਉਹਨੂੰ ਪੰਜਾਬ ਨੂੰ ਸਿੱਖਿਆ ਦੇ ਖੇਤਰ 'ਚ ਨੰਬਰ 1 ਮਿਲਿਆ ਉਹਦਾ ਇਹ ਕਾਰਨ ਉਹ ਮਿਲਿਆ ਕਿ ਉਹਨਾਂ ਨੇ ਪਿਛਲੇ 2 ਸਾਲਾਂ ਦੇ ਦੌਰਾਨ ਜਿਹੜੇ ਸਕੂਲਾਂ ਦੀਆਂ ਬਿਲਡਿੰਗਾਂ ਦੇ ਵਿੱਚ ਫਰਨੀਚਰ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਸੁਧਾਰ ਕੀਤਾ ਉਹਦੇ 'ਚ ਮਿਲਿਆ ਨਾ ਕਿ ਸਿੱਖਿਆ ਦੇ ਵਿੱਚ ਕਿੰਨੇ ਟੀਚਰ ਆ ਕਿੰਨਾ ਰਿਜ਼ਲਟ ਉਹ ਨਹੀਂ ਲੱਗਾ ਪਹਿਲੀ ਗੱਲ ਤਾਂ ਸਾਨੂੰ ਇਹ ਗੱਲ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੀ ਸਕੂਲਾਂ ਦੇ ਵਿੱਚ ਬਿਲਡਿੰਗਾਂ ਨੂੰ ਲੈ ਕੇ ਸੁਧਾਰ ਹੋਇਆ ਜਾ ਬੰਤਰ ਹੋਈਆ ਉਹਨੂੰ ਲੈ ਕੇ ਜਿਹੜਾ ਸੁਧਾਰ ਹੋਇਆ ਇਸ ਪਾਸੇ ਲੈ ਕੇ ਉਹ ਵਧਿਆ ਤਾਂ ਕਰਕੇ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣ ਮਿਲਿਆ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਆ ਕਿ ਸਿੱਖਿਆ ਦੇ ਵਿੱਚ ਡਿਸਲਾਈਕ ਕਰ ਰਿਹਾ ਆ ਤੇ ਆਪਕ ਪਿਛਲੇ ਕਈ ਮਹੀਨਿਆਂ ਤੋਂ ਕਹ ਲਓ ਜਾਂ ਕਈ ਹਰਸਿਆਂ ਤੋਂ ਕਹ ਲਓ ਸਿੱਖਿਆ ਦੇ ਖੇਤਰ ਦੇ ਵਿੱਚ ਜਿੰਨਾ ਸੁਧਾਰ ਹੋਣਾ ਚਾਹੀਦਾ ਤਾਂ ਉਹ ਨਾ ਹੋ ਨੀ ਸਕਿਆ ਇਹ ਗੱਲ ਸਹੀ ਹੈ ਕਿ ਜਿਹੜੇ ਕਰੀਸ਼ਨ ਕੁਮਾਰ ਆ ਜਿਹੜੇ ਸਿੱਖਿਆ ਸੈਕਟਰ ਸਕੱਤਰ ਨੇ ਇਹਨਾਂ ਨੇ ਚੰਗੇ ਜਿਹੜੇ ਕਦਮ ਆ ਹੋ ਚੁੱਕੇ ਨੇ ਸੁਧਾਰ ਹੋਇਆ ਨੇ ਪਰ ਜਿਹੜੀਆਂ ਅਧਿਆਪਕ ਜੂਨੀਅਨ ਆ ਉਹ ਕਹਿ ਰਹੀਆਂ ਕਿ ਇਹ ਸਾਰੀ ਅੰਕੜਿਆਂ ਦੀ ਖੇਡ ਆ ਉਹ ਗਲਤਾਂ ਅੰਕੜਿਆਂ 'ਤੇ ਚੱਲਣੀ ਆ ਨੰਬਰ ਆ ਜਿਹੜੇ ਉਹ ਵੀ ਅੰਕੜਿਆਂ 'ਤੇ ਆਉਣਾ ਤੁਸੀਂ ਜਿੱਤ ਹਾਰ ਆ ਜਿਹੜੇ ਅੰਕੜਿਆਂ ਦੀ ਖੇਡ ਨਾਲੇ ਖੇਡ ਜਣਾ ਪਰ ਕਿਸ ਹੱਦ ਤੱਕ ਸਕੂਲਾਂ ਦੇ ਵਿੱਚ ਸੁਧਾਰ ਹੋਏ ਸਾਨੂੰ ਗੱਲ ਮੰਦਣੀ ਪਵੇਗੀ ਅਧਿਆਪਕ ਜਿਹੜੇ ਗੱਲਾਂ ਕਰ ਰਹੇ ਆ ਕਿ ਸਾਤੋਂ ਬੇਲੂੜਾ ਕੰਮ ਕੀਤਾ ਜਾ ਰਿਹਾ ਜਾਂ ਜਿਹੜੇ ਹਾਜ਼ਰੀਆਂ ਉਹ ਜਿਹੜੀ ਨਵੀਂ ਭਰਤ ਉਹ ਆ ਕਹਿੰਦੇ ਆ ਐਡਮਿਸ਼ਨ ਆ ਬੱਚਿਆਂ ਦੀ ਉਹ ਕਰਵਾਈ ਜਾ ਰਹੀ ਆ ਜਾਂ ਬਾਰ ਬਾਰ ਕੋਈ ਅਜਿਹੇ ਕੰਮ ਕੀਤੇ ਜਾ ਰਹੇ ਨੇ ਜਿਹੜੇ ਅਧਿਆਪਕਾਂ ਨੇ ਨਹੀਂ ਕਰਨੇ ਹੋਰਾਂ ਨੇ ਕਰਨੇ ਹੁੰਦੇ ਨੇ ਟੀਚਰਾਂ ਦੀ ਕਮੀ ਆ ਸਭ ਨੂੰ ਪਤਾ ਵੀ ਟੀਚਰਾਂ ਦੀ ਕਮੀ ਹੈਗੀ ਆ ਪਰ ਸਰਕਾਰ ਨਾਲ ਦੀ ਨਾਲ ਜਿਹੜੀ ਭਰਤੀ ਆ ਉਹ ਵੀ ਕਰਨ ਲੱਗੀ ਹੋਈ ਆ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੇ ਹੁਣ ਉਸ ਦਿਨ ਮੁੱਖ ਮੰਤਰੀ ਸਾਹਿਬ ਨੇ ਜਦੋਂ ਤੇ ਪ੍ਰੋਗਰਾਮ ਦਿੱਤੀ ਤਾਂ ਉੱਥੇ ਡਿਸਲਾਈਕ ਹੋਇਆ ਉਤੇ ਬਾਅਦ ਉਹ ਸਰਕਾਰ ਦੀ ਨਖੇਤੀ ਹੋਈ ਅਖਬਾਰਾਂ ਦੇ ਵਿੱਚ ਛਪਿਆ ਉਤੇ ਬਾਅਦ ਜਦੋਂ ਦੁਬਾਰਾ ਸਿੱਖਿਆ ਮੰਤਰੀ ਕਰਨ ਲੱਗੇ ਫੇਰ ਵੀ ਡਿਸਲਾਈਕ ਹੋਗਾ ਕਿਉਂਕਿ ਉਹਨਾਂ ਨੇ ਅਧਿਆਪਕ ਜੂਨੀਅਰਾਂ ਜਿਹੜੇ ਅਧਿਆਪਕ ਜਦੋਂ ਮਿੱਥਕੇ ਹੀ ਚੱਲਦੇ ਆ ਨਾ ਵੀ ਆਪਾਂ ਨੇ ਇਹ ਕੰਮ ਕਰਨਾ ਤਾਂ ਡਿਸਲਾਈਕ ਹੋਣਾ ਹੀ ਸੀਗਾ ਜਦੋਂ ਅਧਿਆਪਕ ਜੂਨੀਅਰ ਨੇ ਬੰਗਿਆ ਹੋਇਆ ਤੇ ਹੁਣ ਉਹ ਦੁਬਾਰਾ ਫੇਰ ਧਾਰਨਾ ਵੀ ਦੇਣ ਜਾ ਰਹੇ ਆ ਅਗਲੇ ਦਿਨਾਂ ਦੇ ਵਿੱਚਕਾਰ ਕਿਤਨਾ ਕਿਤੇ ਸਾਰੇ ਮਸਲੇ ਨੂੰ ਲੈ ਕੇ ਇਹ ਜਿਹੜੀ ਸਰਕਾਰ ਆ ਸਿੱਖਿਆ ਵਿਭਾਗ ਆ ਤੇ ਅਧਿਆਪਕ ਜੂਨੀਅਰ ਇਹਦੇ ਵਿੱਚ ਇੱਕ ਤਾਲਮੇਲ ਬਿਠਾਉਣ ਦੀ ਜ਼ਰੂਰਤ ਆ ਜਿਹੜੀ ਉਹਨਾਂ ਨੇ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਮੰਗਦੇ ਆ ਰਹਿਆ ਸਰਕਾਰ ਦੀ ਫਰਜ਼ੀ ਬਣਦੀ ਆ ਕਿ ਉਹਨਾਂ ਨੂੰ ਪੂਰਿਆ ਕੀਤਾ ਜਾਵੇ ਤੇ ਅਧਿਆਪਕਾਂ ਦੀ ਵੀ ਇਹ ਡ ਨੌਜਵਾਨੀ ਦੇ ਭਵਿੱਖ ਦਾ ਮਸਲਾ ਉਹ ਵੀ ਥੋੜੀ ਜਿਹੀ ਆਪਣੀ ਜ਼ਿੰਮੇਵਾਰੀ ਸਮਝਣ ਹੂੰ ਬਹੁਤ ਬਹੁਤ ਸ਼ੁਕਰ ਹੈ ਸਾਡੇ ਨਾਲ ਜੁੜਨ ਲਈ ਇਸ ਸੰ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛੱਪਰ ਜਿਨ੍ਹਾਂ ਦੇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਘਟ ਚੋੜ ਦੇ ਬਾਰੇ ਗੱਲਬਾਤ ਕੀਤੀ ਔਰ ਖਾਸ ਤੌਰ ਤੇ ਬੇਸ਼ੱਕ ਸਹਿਮਤੀ ਬਣੀ ਹੈ ਸੀਟਾਂ ਦੀ ਵੰਡ ਨੂੰ ਲੈ ਕੇ ਪਰ ਹੁਣ ਜਿਹੜੇ ਮਤਭੇਦ ਨੇ ਉੱਭਰ ਕੇ ਬਾਹਰ ਆ ਰਹੇ ਨੇ ਤਿੰਨ ਹੋਰ ਸੀਟਾਂ ਦੀ ਮੰਗ ਜਿਹੜੀ ਆ ਬਸਪਾ ਦੇ ਵੱਲੋਂ ਕੀਤੀ ਜਾ ਰਹੀ ਆ ਔਰ ਅਕਾਲੀ ਦਲ ਦੀ ਵੀ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਵੱਲੋਂ ਵੀ ਕੁਝ ਸੀਟਾਂ ਤੇ ਜਿਹੜੇ ਸਵਾਲ ਨੇ ਉਹ ਚੁੱਕੇ ਜਾ ਰਹੇ ਨੇ ਦੱਸਣਾ ਬਣਦਾ ਹੈ ਕਿ ਇਸ ਗੱਟਚੋੜ ਦੇ ਵਿੱਚ ਇੱਕ ਹੋਰ ਗੱਟਚੋੜ ਜਿਹੜਾ ਸ਼ਾਮਿਲ ਹੋ ਸਕਦਾ ਹੈ 97 ਸੀਟਾਂ ਤੇ ਅਕਾਲੀ ਦਲ ਲੜਨ ਦੀ ਬਜਾਏ ਹੋਰ ਵੀ ਘੱਟ ਸੀਟਾਂ ਤੇ ਵਿਧਾਨ ਸਭਾ ਦੀਆਂ ਚੋਣਾਂ ਜੜੀਆਂ 2022 ਦੀਆਂ ਨੇ ਉਹ ਲੜ ਸਕਦੀ ਹੈ ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੇ ਲਾਈਵ ਨੂੰ ਜਿਹੜੇ ਡਿਸਲਾਈਕ ਨੇ ਉਹ ਕਿਸ ਤਰੀਕੇ ਨਾਲ ਮਿਲ ਨੇ ਬੇਸ਼ੱਕ ਪੰਜਾਬ ਦੇ ਸਕੂਲਾਂ ਦੀ ਜਿਹੜੀ ਰੈਂਕਿੰਗ ਆ ਉਹ ਨੰਬਰ 1 ਰਹੀ ਹੋਵੇ ਪਰ ਪੰਜਾਬ ਦੇ ਸਿੱਖਿਆ ਮੰਤਰੀ ਦੀ ਰੈਂਕਿੰਗ ਜਿਹੜੀ ਆ ਜਿਹੜੀ ਡਿਸਲਾਈਕਸ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਪੈਸ਼ਲ ਕੋਰਟ ਲੈ ਕੇ ਅਹਿਮ ਮੁੱਦਿਆਂ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ ਧੰਨਵਾਦ